ਜਲੰਧਰ ਦੇ ਸੈਂਟ ਸੋਲਜਰ ਲਾ ਕਾਲਜ ਵਿਖੇ ਕੁਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਜਿਸ ਵਿੱਚ ਕੁਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਅਮਨਦੀਪ ਮਿੱਤਲ ਸ਼ਾਮਲ ਹੋਏ ਉਹਨਾਂ ਕਾਲਜ ਵੱਲੋਂ ਸਮਾਜ ਸੇਵਾ ਤੇ ਲੋਕ ਭਲਾਈ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਇਸ ਮੌਕੇ ਕਾਲਜ ਨੂੰ ਕਮਿਸ਼ਨ ਵੱਲੋਂ ਕੁਮਾਂਤਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਵਾਗਤ ਦੌਰਾਨ ਸੈਂਟ ਸੋਲਜਰ ਗਰੁੱਪ ਦੇ ਫਾਊਂਡਰ ਚੇਅਰਮੈਨ ਅਨਿਲ ਚੋਪੜਾ ਨੇ ਇਸ ਸਨਮਾਨ ਲਈ ਕੁਮਾਂਤਰੀ ਕਮਿਸ਼ਨ ਦਾ ਧੰਨਵਾਦ ਕੀਤਾ ਇਸ ਦੌਰਾਨ ਵਕ-ਵਕ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਰੱਖੇ